c'est bas, c'est bas. ਜਿਹੜੀਆਂ 2024 ਦੇ ਵਿੱਚ ਇਲੈਕਸ਼ਨ ਹੋ ਰਹੀਆਂ ਉਹਦੇ ਅਕੋਰਡਿੰਗਲੀ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਜਿਹੜਾ ਪੈਰਾਮਿਲਟਰੀ ਫੋਰਸਿਸ ਸਾਨੂੰ ਮਿਲੀਆਂ ਨੇ ਤਾਂ ਕਿ ਇਲੈਕਸ਼ਨ ਜਿਹੜੀ ਹੈ ਫੇਅਰ ਐਂਡ ਕਲੀਅਰ ਕਰਾਈ ਜਾ ਸਕੇ, ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ, ਹਰੇਕ ਵੋਟਰ ਜਿਹੜਾ ਵਾ ਉਹ ਨਿਧੜਕ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਅਤੇ ਆਪਣੀ ਵੋਟ ਦਾ ਜਿਹੜਾ ਵਾ ਉਹ ਇਸਤੇਮਾਲ ਕਰੇ। ਜੇਕਰ ਕੋਈ ਇਹਦੇ ਵਿੱਚ ਗੜਬੜ ਪੈਦਾ ਕਰੇਗਾ ਤਾਂ ਤੁਰੰਤ ਉਹਦੇ ਖਿਲਾਫ਼ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ। ਕਿੰਨੀ ਕੁ ਫੋਰਸ ਤੈਨਾਤ ਕੀਤੀ ਗਈ ਹੈ, ਕਿਹੜੀ ਕਿਹੜੀ ਜਗ੍ਹਾ ਨਾਕੇਬੰਦੀ ਕੀਤੀ ਗਈ ਹੈ? ਸਾਡੇ ਕੋਲ ਜਿਹੜੇ ਨੇ ਮਤਲਬ 100 ਬੰਦਾ ਸਾਨੂੰ ਜਿਹੜਾ ਵਾ ਪੈਰਾਮਿਲਟਰੀ ਫੋਰਸ ਦਾ ਆਇਆ, 50 ਮੁਲਾਜ਼ਮ ਸਾਡੇ ਆਪਣੇ ਨੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਵੱਲੋਂ SSP ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ 4 ਨਾਕੇ ਜਿਹੜੇ ਨੇ ਅਸੀਂ 24 ਘੰਟੇ ਜਿਹੜੇ ਆ ਉਹ ਚਲਾ ਰਹੇ ਹਾਂ, 8-8 ਘੰਟੇ ਦੀ ਸ਼ਿਫਟ 'ਤੇ ਨਾਕੇ ਜਿਹੜੇ ਆ ਉਹ ਚਲਾ ਰਹੇ। PCR ਵੀ ਸਾਡਾ ਜਿਹੜਾ ਉਹ ਵੀ ਤਿਆਰ ਆ ਔਰ ਉਹ ਡਿਊਟੀ ਵੀ ਕਰ ਰਿਹਾ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਦੇਣਾ ਚਾਹੁੰਦੇ ਵੀ ਹਰੇਕ ਬੰਦਾ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਉਹਨਾਂ ਨੂੰ ਕਿਸੇ ਦਿਮਾਗ ਦੇ ਵਿੱਚ ਉਹਨਾਂ ਦੇ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ ਵੀ ਅਸੀਂ ਮਤਲਬ ਵੋਟ ਜਿਹੜੀ ਆ ਉਹ ਨਿਧੜਕ ਹੋ ਕੇ ਉਹ ਪੋਲਿੰਗ ਕਰਾਉਣ, ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਹੋਣ ਦਿੱਤੀ ਜਾਏਗੀ। ਸ਼ਰਾਰਤੀ ਅੰਸਰਾਂ ਨੂੰ ਜਿਹੜਾ ਵਾ ਜੁੱਤੀਆਂ ਮਾਰ ਕੇ ਅੰਦਰ ਦਿੱਤਾ ਜਾਊਗਾ। ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ? ਮੁਸ਼ਕਲ ਆਉਂਦੀ ਹੈ 24 ਘੰਟੇ ਤਨਾਤ, ਮੇਰਾ ਫੋਨ ਨੰਬਰ 9855219900 9।